ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਸਾਡੇ ਆਪਣੇ ਪੰਜਾਬ ਦੀ ਹੈ ਜੋ ਕਿ ਨਸ਼ਿਆਂ ਦੇ ਪੇਟ ਵਿੱਚ ਆ ਚੁੱਕਾ। ਜਦੋਂ ਕੋਈ ਬਾਪੂ ਆਪਣੇ ਪਰਦੇਸੀ ਪੁੱਤ ਨੂੰ ਫੋਨ ਕਰਕੇ ਪੁੱਛਦਾ ਕਿ ਤੂੰ ਪੰਜਾਬ ਕਦੋਂ ਆ ਰਿਹਾ, ਤਾਂ ਉਹ ਕਹਿੰਦਾ ਹੁਣ ਮੇਰਾ ਜੀ ਨਹੀਂ ਕਰਦਾ ਪੰਜਾਬ ਆਉਣ ਨੂੰ, ਮੈਨੂੰ ਹੁਣ ਚਿੱਟੇ ਤੋਂ ਡਰ ਲੱਗਦਾ। ਇਵੇਂ ਤੱਕ ਗੀਤ ਤੁਹਾਡੇ ਰੂਬਰੂ ਕਰ ਰਹੇ ਹੋ। ਵੇਖਾਂ ਜਦ ਮੈਂ ਨਿੱਤ ਖੋਲ ਕੇ ਖਬਰਾਂ ਹੁੰਦੀਆਂ ਮਾਵਾਂ ਨੂੰ, ਹੋ ਭੁੱਬਾ ਨਿਕਲਦੀਆਂ ਵੇਖ ਕੇ ਬਾਪੂ ਚੂੜੇ ਬਿਨ ਸੁਣੀਆਂ ਬਾਵਾਂ ਨੂੰ, ਹੋ ਕਿੰਜ ਕਹਿਦਾ ਮੈਂ ਖੁਸ਼ਿਆਰ ਪੰਜਾਬ ਨੂੰ ਜਿੱਥੇ ਹੜ ਨਸ਼ਿਆਂ ਦਾ ਵਗਦਾ ਏ। ਹੁਣ ਜੀ ਨਹੀਂ ਕਰਦਾ ਪੰਜਾਬ ਉਹਨੂੰ ਬਾਪੂ ਚਿੱਟੇ ਤੋਂ ਡਰ ਲੱਗਦਾ ਏ। ਹੁਣ ਜੀ ਨਹੀਂ ਕਰਦਾ ਪੰਜਾਬ ਉਹਨੂੰ ਬਾਪੂ ਚਿੱਟੇ ਤੋਂ ਡਰ ਲੱਗਦਾ ਏ। ਉਹ ਬਾਹਾਂ ਵਿੱਚ ਰਹਿਣ ਸਰਿੰਜਾਂ ਗੱਡੀਆਂ ਜਿਵੇਂ ਪੀੜਤ ਵੱਡੀ ਬਿਮਾਰੀ ਦੇ, ਉਹ ਚਿੱਟੇ ਨਾਲ ਲੱਥ ਪੱਥ ਡਿੱਗਣ ਰੂੜੀਆਂ ਤੇ ਝੂਟੇ ਲੈਣ ਗੱਡੀਆਂ ਚ ਪੁੱਤ ਵਪਾਰੀ ਦੇ। ਇਹ ਕਿਹੋ ਜਾਏ ਦੇਸ਼ ਜਿੱਥੇ ਮੌਤ ਦਾ ਬੰਦਾ ਸੌਦਾ ਕਰਦਾ ਏ। ਹੁਣ ਜੀ ਨਹੀਂ ਕਰਦਾ ਪੰਜਾਬ ਉਹਨੂੰ ਬਾਪੂ ਚਿੱਟੇ ਤੋਂ ਡਰ ਲੱਗਦਾ ਏ। ਹੁਣ ਜੀ ਨਹੀਂ ਕਰਦਾ ਪੰਜਾਬ ਉਹਨੂੰ ਬਾਪੂ ਚਿੱਟੇ ਤੋਂ ਡਰ ਲੱਗਦਾ ਏ। ਉਹ ਸਾਡੀਆਂ ਫਸਲਾਂ ਰੁੱਲ ਮੰਡੀ ਵਿੱਚ ਵੇਖੋ ਕਿੰਨੀ ਵਿਕਦੀ ਅਫਗਾਨ ਦੀ ਖੇਤੀ, ਉਹ ਸਭ ਨੂੰ ਪਤਾ ਸਮਾਨ ਮੌਤ ਦਾ ਤਾਂ ਵੀ ਹੱਦਾਂ ਟੱਪ ਆਉਂਦਾ ਏ ਛੇਤੀ। ਹੋ ਕਰਤੂਤ ਕਾਲੀ ਨਾ ਚਿੱਟਾ ਉਹ ਜਿਹਨੂੰ ਖਾ ਕੇ ਗੱਭਰੂ ਮਰਦਾ ਏ। ਹੁਣ ਜੀ ਨਹੀਂ ਕਰਦਾ ਪੰਜਾਬ ਉਹਨੂੰ ਬਾਪੂ ਚਿੱਟੇ ਤੋਂ ਡਰ ਲੱਗਦਾ ਏ। ਹੁਣ ਜੀ ਨਹੀਂ ਕਰਦਾ ਪੰਜਾਬ ਉਹਨੂੰ ਬਾਪੂ ਚਿੱਟੇ ਤੋਂ ਡਰ ਲੱਗਦਾ ਏ। ਜੇ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ।